ਅੱਜ ਸਾਡੇ ਦੇਸ਼ ਵਿੱਚ ਮੁਦਰਾ ਲੋਨ ਦੀ ਗੱਲ ਕੀਤੀ ਜਾ ਰਹੀ ਹੈ। ਟੀਵੀ ਵਿੱਚ, ਅਖਬਾਰਾਂ ਵਿੱਚ ਅਤੇ ਹੋਰ ਕਈ ਮੀਡੀਆ ਦੁਆਰਾ ਦੱਸਿਆ ਜਾ ਰਿਹਾ ਹੈ ਕਿ ਤੁਸੀਂ ਬੈਂਕਾਂ ਵਿੱਚੋਂ ਆਪਣੇ ਰੋਜ਼ਗਾਰ ਚਲਾਉਣ ਲਈ ਲੋਨ ਕਿਸ ਤਰ੍ਹਾਂ ਲੈ ਸਕਦੇ ਹੋ। ਪਰ ਅਫਸੋਸ ਦੀ ਗੱਲ ਇਹ ਹੈ ਕਿ 66 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਸਾਡਾ ਪਿੰਡ ਦਾ ਨੌਜਵਾਨ, ਔਰਤਾਂ, ਬਜ਼ੁਰਗ ਅਤੇ ਆਦਮੀ ਅੱਜ ਵੀ ਬੈਂਕ ਦੇ ਅੰਦਰ ਜਾਣ ਤੋਂ ਘਬਰਾਉਂਦਾ ਹੈ। ਉਸ ਨੂੰ ਲੱਗਦਾ ਹੈ ਕਿ ਜੇ ਮੈਂ ਬੈਂਕ ਦੇ ਅੰਦਰ ਗਿਆ ਤਾਂ ਪਤਾ ਨਹੀਂ ਕੀ ਹੋ ਜਾਵੇਗਾ। ਇਹ ਸਾਰੀਆਂ ਗੱਲਾਂ ਸਾਨੂੰ ਕੌਣ ਦੱਸੇਗਾ? ਸ਼ਾਇਦ ਸਾਡੇ ਨੁਮਾਇੰਦੇ ਜਾਂ ਫਿਰ ਕੌਣ? ਜਿਸ ਕਾ ਕੋਈ ਨਹੀਂ ਉਸ ਕਾ ਤੋ ਖੁਦਾ ਹੈ ਯਾਰੋ। ਜੀ ਹਾਂ, ਇਹ ਸ਼ਖਸ ਆਪਣੇ ਆਪ ਨੂੰ ਖੁਦਾ ਤਾਂ ਨਹੀਂ ਕਹਿੰਦਾ, ਬਸ ਉਸ ਰੱਬ ਦਾ ਇੱਕ ਛੋਟਾ ਜਿਹਾ ਸੇਵਕ ਸਮਝ ਕੇ ਸਭ ਦੀ ਸੇਵਾ ਕਰਨ ਦਾ ਮਾਦਾ ਰੱਖਦਾ ਹੈ। ਜੀ ਹਾਂ, ਸਰਕਾਰ ਦੁਆਰਾ ਚੱਲਣ ਵਾਲੀਆਂ ਸਾਰੀਆਂ ਸਕੀਮਾਂ, ਬੈਂਕ, ਹੈਲਥ ਅਤੇ ਇੰਸ਼ੋਰੈਂਸ ਆਦਿ ਬਾਰੇ ਦੱਸਣ ਲਈ ਇਹ ਸ਼ਖਸ ਵਿਜੇ ਡਾਇਮੰਡ ਤੁਹਾਨੂੰ ਦੱਸੇਗਾ ਕਿ ਬੈਂਕ ਤੁਹਾਡਾ ਆਪਣਾ ਹੈ, ਸਰਕਾਰ ਨੇ ਤੁਹਾਡੇ ਵਾਸਤੇ ਖੋਲ੍ਹਿਆ ਹੈ। ਇਸ ਦੇ ਅੰਦਰ ਜਾਣ ਤੋਂ ਡਰਨ ਦੀ ਜ਼ਰੂਰਤ ਨਹੀਂ। ਮੁਦਰਾ ਲੋਨ, ਇੰਸ਼ੋਰੈਂਸ, ਰੋਜ਼ਗਾਰ ਅਤੇ ਸਿਹਤ ਦੀਆਂ ਸੁਵਿਧਾਵਾਂ ਲੈਣੀਆਂ ਸਾਡਾ ਹੱਕ ਹੈ, ਅਧਿਕਾਰ ਹੈ। ਕੋਈ ਵੀ ਅਧਿਕਾਰੀ ਤੁਹਾਨੂੰ ਇਸ ਸੁਵਿਧਾ ਲੈਣ ਤੋਂ ਮਨ੍ਹਾ ਨਹੀਂ ਕਰ ਸਕਦਾ। ਜੇਕਰ ਅਜਿਹਾ ਕਰਦਾ ਹੈ ਤਾਂ ਇਹ ਸ਼ਖਸ ਤੁਹਾਡੀ ਹਰ ਮੁਮਕਿਨ ਸੇਵਾ ਵਿੱਚ ਹਾਜ਼ਰ ਹੈ। ਆਓ ਸੁਣੀਏ ਇਹ ਸਾਹਿਬ ਲੋਕਾਂ ਨੂੰ ਕੀ ਸਮਝਾ ਰਹੇ ਨੇ। ਇੱਕ ਅਖਬਾਰਾਂ 'ਚ ਐਡ ਦਿੱਤੀ ਸੀ ਪੂਰੇ, ਤੁਸੀਂ ਬੈਂਕ ਨੇੜੇ ਤੇੜੇ ਬੈਂਕ ਕਿਹੜਾ ਪੈਂਦਾ? ਖੰਨੇ ਪੈਂਦਾ। ਹਾਂਜੀ, ਖੰਨੇ ਹੀ ਹੈ। ਖੰਨੇ ਕਦੇ ਬੈਂਕ ਦੇ ਸਾਹਮਣੇ ਐਡ ਲੱਗੀ ਦੇਖੀ ਹੈ ਜੀ? ਇਹ ਅਖਬਾਰਾਂ 'ਚ ਵੀ ਆਈ ਹੈ। ਹਾਂ, ਕੋਈ ਨਹੀਂ, ਮੈਂ ਇਹੀ ਦੱਸਣਾ ਹੈ, ਇਹ ਗੱਲ ਮੈਂ ਹੀ ਦੱਸਣਾ ਹੈ ਇਸੇ ਕਰਕੇ, ਤਾਂ ਕਿ ਆਪਣੇ ਲੋਕਾਂ ਦਾ ਥੋੜ੍ਹਾ ਜਿਹਾ ਗਿਆਨ ਵਧੇ। ਆਪਾਂ ਵੀ ਇਸ ਸਮਾਜ ਦੇ ਨਾਲ, ਇਸ ਦੁਨੀਆ ਦੇ ਨਾਲ ਜੁੜੀਏ। ਜਿਹੜੇ ਸਾਡੇ ਹੱਕ ਹੈ ਸਾਨੂੰ ਮਿਲਣੇ ਚਾਹੀਦੇ। ਇਹ ਹੱਕ ਜਦੇ ਮਿਲਣਗੇ ਜਦ ਆਪਾਂ ਨੂੰ ਇਹਦੀ ਜਾਣਕਾਰੀ ਹੋਵੇ। ਹੁਣ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਕੰਮ ਦੀ ਗੱਲ, ਹੁਣ ਇਹ ਕੰਮ ਲਈ ਪੈਸੇ ਮਿਲਣਗੇ, ਪਰ ਇੱਕ ਬੰਦੇ 'ਚ ਹੁਨਰ ਹੈ ਵੀ ਮੈਂ ਇਲੈਕਟ੍ਰੀਸ਼ਨ ਹਾਂ, ਮੈਂ ਮਿਸਤਰੀ ਦਾ ਕੰਮ ਜਾਣਦਾ, ਮੈਂ ਲੱਕੜ ਦਾ ਕੰਮ ਜਾਣਦਾ, ਮੈਂ ਅਲਮੋਨੀਅਮ ਦਾ ਕੰਮ ਜਾਣਦਾ। ਉਹ ਤਾਂ ਕੰਮ ਜਾਣਦਾ, ਉਹ ਤਾਂ ਸਮਾਨ ਲਈ ਪੈਸੇ ਮਿਲ ਜਾਣਗੇ ਉਹਨੂੰ। ਹੁਣ ਕੋਈ ਬੰਦਾ ਕਹਿੰਦਾ ਜੀ ਅਸੀਂ ਕੁਛ ਵੀ ਨਹੀਂ ਜਾਣਦੇ, ਉਹ ਕੀ ਕਰੇ? ਸਰਕਾਰ ਉਸ ਨੂੰ ਵੀ ਪੈਸੇ ਦੇਣ ਨੂੰ ਤਿਆਰ ਹੈ, ਪਰ ਕੰਮ ਲਈ। ਇਹ ਪੈਸੇ ਲੈ ਕੇ ਆਪਾਂ ਚਾਹੀਏ ਵੀ ਆਪਾਂ ਪੈਸੇ ਲੈ ਲਈਏ ਕੰਮ ਲਈ, ਉਹਨੂੰ ਵਰਤ ਲਈਏ, ਮਕਾਨ ਠੀਕ ਕਰਾ ਲਓ ਜਾਂ ਲੜਕੀ ਦੇ ਵਿਆਹ 'ਚ ਖਰਚ ਲਓ ਜਾਂ ਕੱਪੜੇ ਸਵਾ ਲਓ। ਇਸ ਕੰਮ ਲਈ ਲੋਨ ਦੇ ਪੈਸੇ ਨਹੀਂ ਹੈਗੇ, ਇਸ ਕਰਕੇ ਲਿਓ ਵੀ ਨਾ ਕੋਈ। ਜੇ ਆਪਣਾ ਕੰਮ ਕਰਨਾ, ਉਹ ਪੈਸੇ ਕੰਮ 'ਚ ਹੀ ਲੱਗਣੇ ਚਾਹੀਦੇ। ਹਾਂ, ਉਸੇ ਕੰਮ, ਮੰਨ ਲਓ ਜਿਹਨੂੰ ਕਹਿੰਦਾ ਮੈਨੂੰ ਕੁਛ ਨਹੀਂ ਆਉਂਦਾ, ਕੰਮ ਤਾਂ ਉਹਨੂੰ ਕੁਛ ਨਾ ਕੁਛ ਤਾਂ ਕਰਨਾ ਹੀ ਪਊਗਾ, ਤਾਂ ਹੀ ਪੈਸੇ ਮਿਲਣਗੇ। ਬਰਗਰ ਦੀ ਰੇਹੜੀ ਲਾ ਸਕਦਾ, ਸਬਜ਼ੀ ਦੀ ਰੇਹੜੀ ਲਾ ਸਕਦਾ। ਅੱਛਾ, ਫਿਰ ਹੁਣ ਆ ਭੈਣਾਂ ਬੈਠੀਆਂ, ਇਹ ਕਹਿੰਦੇ ਜੀ ਅਸੀਂ ਕੀ ਕਰੀਏ, ਘਰ ਵਿਹਲੇ ਕਈ ਦਫ਼ਾ ਟਾਈਮ ਮਿਲ ਜਾਂਦਾ, ਇਹ ਵੀ ਕਰ ਸਕਦੀਆਂ, ਕੀ ਕਰ ਸਕਦੀਆਂ, ਇਹਨਾਂ ਨੂੰ ਸੋਚਣਾ ਪਊਗਾ। ਅੱਜ ਕੱਲ੍ਹ ਆਪਣੀ ਨੌਜਵਾਨ ਕੁੜੀਆਂ ਬਿਊਟੀ ਪਾਰਲਰ ਦਾ ਕੰਮ ਜਾਣਦੀ ਹੈ, ਕੋਈ ਉਹਦੇ ਲਈ ਪੈਸੇ ਲੈ ਲਓ। ਸਿਲਾਈ ਕਢਾਈ ਜਾਣਦੀ ਹੈ, ਮਸ਼ੀਨ ਲੈਣੀ ਹੈ, ਕੋਈ ਸਮਾਨ ਲੈਣਾ, ਉਹਦੇ ਲਈ ਪੈਸੇ ਲੈ ਲਓ। ਕੋਈ ਕੰਮ ਨਹੀਂ ਕਰ ਸਕਦੀਆਂ, ਤਿੰਨ ਚਾਰ ਲੇਡੀਜ਼ ਇਕੱਠੀ ਹੋ ਕੇ ਥੋਕ 'ਚ ਸਮਾਨ ਲਿਆ, ਪੇਟੀ ਚਾਹ ਦੀ ਲਿਆਂਦੀ, 250-250 ਗ੍ਰਾਮ ਦੀ ਪੁੜੀਆਂ ਬਣਾਈਆਂ, ਸਾਰਾ ਪਿੰਡ ਚਾਹ ਪੀਂਦਾ, ਵੰਡ ਦਿਓ ਆਪਣੇ ਲਈ, ਪੈਸੇ ਬਚਾ ਲਓ ਵਿੱਚੋਂ। ਮਤਲਬ ਇਹੋ ਜਿਹੀਆਂ ਛੋਟੀ ਛੋਟੀਆਂ ਗੱਲਾਂ ਤੁਹਾਨੂੰ ਆਪ ਸੋਚਣੀਆਂ ਪੈਣਗੀਆਂ। ਹੁਣ ਮੈਂ ਇੱਕ ਹੋਰ ਗੱਲ ਦੱਸਦਾ, ਜਦ ਵੀ ਤੁਸੀਂ ਐਪਲੀਕੇਸ਼ਨ ਦਿਓਗੇ, ਅਫਸਰਾਂ ਨੂੰ 50-60 ਸਾਲ ਤੋਂ ਪੁਰਾਣੀਆਂ ਆਦਤਾਂ ਪਈਆਂ, ਕੋਈ ਪੈਸੇ ਲੈ ਕੇ ਕੰਮ ਕਰਦਾ, ਕੋਈ ਗਰੀਬ ਆਦਮੀ ਨੂੰ ਵੜਨ ਨਹੀਂ ਦਿੰਦਾ, ਉਹ ਬਾਹਰ ਕੱਢ ਦਿੰਦਾ, ਚੱਲ ਬਾਹਰ। ਇਹ ਕਰਨਗੇ ਤੁਹਾਡੇ ਨਾਲ ਵੀ, ਇਹ ਤੁਹਾਡੇ ਨਾਲ ਵੀ ਹੋਊਗਾ, ਪਰ ਆਪਾਂ ਨੇ ਹੌਸਲਾ ਨਹੀਂ ਹਾਰਨਾ। ਇਹ ਹੁਣ ਬਦਲਾਅ ਆ ਰਿਹਾ, ਤੁਹਾਡਾ ਹੱਕ ਹੈ ਬੈਂਕ ਦੇ ਅੰਦਰ ਪੂਰਾ,
ਤੁਹਾਨੂੰ ਬੈਂਕ ਅਫਸਰ ਜਵਾਬ ਨਹੀਂ ਦੇ ਸਕਦਾ। ਆਪਾਂ ਲੜਨਾ ਨਹੀਂ, ਇੱਕ ਵਾਰ ਮਨਾ ਕਰਤਾ ਕੋਈ ਗੱਲ ਨਹੀਂ, ਦੋ ਵਾਰ ਮਨਾ ਕਰਤਾ ਕੋਈ ਗੱਲ ਨਹੀਂ, ਤੀਜੀ ਵਾਰ ਇਹ ਐਪਲੀਕੇਸ਼ਨ ਜਿਹੜੀ ਭਰੀ ਹੋਊਗੀ ਬੈਂਕ ਨੂੰ ਕਈ ਦਫ਼ਾ ਲੈਣ ਤੋਂ ਵੀ ਮਨਾ ਕਰ ਦੇਣਗੇ। ਜੇ ਮਨਾ ਕਰ ਦੇਣ ਨਾ ਦੋ ਵਾਰ, ਤੀਜੀ ਵਾਰ ਬਾਈ ਪੋਸਟ ਰਜਿਸਟਰ ਪੋਸਟ ਬੈਂਕ ਨੂੰ ਭੇਜ ਦਿਓ। ਇੱਕ ਮੈਂ ਇਹਦੇ ਨਾਲ ਲੈਟਰ ਵੀ ਸਰਪੰਚ ਸਾਹਿਬ ਨੂੰ ਦੇ ਕੇ ਜਾਊਂਗਾ ਜਿਹਦੇ ਅੰਦਰ ਇਹ ਲਿਖਿਆ ਹੋਊਗਾ ਵੀ ਬੈਂਕ ਵਾਲੇ ਨੇ ਸਾਡੀ ਐਪਲੀਕੇਸ਼ਨ ਲਿੱਤੀ ਨਹੀਂ ਜਾਂ ਸਾਨੂੰ ਲੋਨ ਦਿੱਤਾ ਨਹੀਂ, ਸਾਨੂੰ ਇਹਦੇ ਬਾਰੇ ਕੋਈ ਜਵਾਬ ਨਹੀਂ ਦਿੱਤਾ ਬੈਂਕ ਨੇ। ਉਹ ਤੁਸੀਂ ਲੈਟਰ ਸਾਈਨ ਕਰਕੇ ਐਡਰੈਸ ਲਿਖ ਕੇ ਸਰਪੰਚ ਸਾਹਿਬ ਨੂੰ ਦੇ ਦੇਣਾ। ਔਰ ਜਿਹੜੀ ਜੇ ਕੋਈ ਐਪਲੀਕੇਸ਼ਨ ਲੈਣ ਤੋਂ ਮਨਾ ਕਰਦੇ ਤਾਂ ਐਪਲੀਕੇਸ਼ਨ ਦੀ ਫੋਟੋ ਕਾਪੀ ਆਪਣੇ ਕੋਲ ਰੱਖ ਕੇ ਬਾਈ ਪੋਸਟ ਬੈਂਕ 'ਚ ਭੇਜ ਦੇਣੀ ਔਰ ਉਹਦੇ ਕਾਗਜ਼ ਤੁਸੀਂ ਮੈਨੂੰ ਦੇ ਦੇਣੇ ਆ। ਉਸ ਲੋਨ ਨੂੰ ਕਲੀਅਰ ਕਰਾਉਣ ਲਈ ਦਵਾਉਣ ਲਈ ਮੇਰੇ ਤੋਂ ਜਿੰਨਾ ਵੀ ਮਦਦ ਹੋਊਗੀ ਮੈਂ ਕਰੂੰਗਾ, ਤੁਸੀਂ ਕੁਛ ਨਹੀਂ ਕਰਨਾ। ਅੱਛਾ, ਇਹਨਾਂ ਨੇ ਬਹੁਤ ਵਧੀਆ ਸਵਾਲ ਕੀਤਾ ਵੀ ਆਪਾਂ ਨੂੰ ਇਹ ਲੋਨ ਮਿਲਣਾ ਜਿਹੜਾ ਇਹ 5 ਸਾਲ 'ਚ ਹੋਣ, ਮੰਨ ਲਓ 50,000 ਰੁਪਏ ਦਾ ਆਪਾਂ ਲੋਨ ਲਿੱਤਾ ਤਾਂ ਇਹ ਤਕਰੀਬਨ 950 ਜਾਂ 1,000 ਦੇ ਆਸ ਪਾਸ 5 ਸਾਲ 'ਚ ਮੋੜਨਾ। ਮੈਂ ਗਲਤ ਕੰਮ ਲਈ ਨਾ ਆਇਆ ਨਾ ਮੈਂ ਕਰਨਾ, ਖਾਬੇ ਨੇ ਕੋਲ ਮੋੜਨਾ। ਇੱਕ ਹੋਰ ਦੱਸੋ ਵੀ ਤੁਹਾਡੇ ਕੋਲ ਭਗਤ ਪੂਰਨ ਸਿੰਘ ਦੇ ਕਾਰਡ ਬਣ ਗਏ ਪਲਾਸਟਿਕ ਦੇ ਛੋਟੇ, ਮੈਂ ਭੇਜ ਦਿੰਦਾ, ਮੈਂ ਉਰੇ ਬੰਦਾ ਭੇਜਦਾ। 50,000 ਰੁਪਏ ਤੱਕ ਜਿਹੜਾ ਇਲਾਜ ਹੈ ਉਹ ਬਿਲਕੁਲ ਫਰੀ ਹੈ, ਕੋਈ ਪੈਸਾ ਨਹੀਂ। ਇੱਕ ਸਰਕਾਰ ਦਾ ਉਪਰਾਲਾ, ਕਿਸੇ ਨੂੰ ਸਮਝ ਆ ਜੇ ਮੇਰੀ ਗੱਲ, ਕੋਈ ਕੰਮ ਕਰਨਾ ਚਾਹੁੰਦਾ ਹੋਵੇ, ਕਈ ਕੰਮ ਕਰਨਾ, ਪੈਸੇ ਹੈ ਨਹੀਂ, ਸਰਕਾਰ ਇਸ ਗੱਲ ਨੂੰ ਤਿਆਰ ਹੈ, ਤੁਸੀਂ ਲਓ ਇਸ ਕੰਮ ਕਰਨ 'ਚ ਮੈਂ ਤੁਹਾਡੀ ਮਦਦ ਕਰੂੰਗਾ। ਇਹ ਸ਼ਖਸ ਦੀਆਂ ਸਿੱਧੀਆਂ ਅਤੇ ਸਧਾਰਨ ਗੱਲਾਂ ਸੁਣ ਕੇ ਤੁਸੀਂ ਆਪ ਹੀ ਸਮਝ ਗਏ ਹੋਵੋਗੇ ਕਿ ਸ਼ਖਸ ਕਿੰਨਾ ਸਿੱਧਾ ਅਤੇ ਸਧਾਰਨ ਹੈ। ਬਗੈਰ ਕਿਸੇ ਲਾਲਚ ਤੋਂ, ਬਗੈਰ ਕਿਸੇ ਮਤਲਬ ਤੋਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਤਾਂ ਰੱਬ ਨੂੰ ਇਹੀ ਸਾਰੇ ਮਿਲ ਕੇ ਅਰਦਾਸ ਕਰਦੇ ਹਾਂ ਕਿ ਰੱਬਾ ਇਹਦੀ ਸਿਹਤ ਅਤੇ ਇਹਦੀ ਉਮਰ ਨੂੰ ਲੰਬਾ ਕਰੀ।